I just be like, come on, come on. Don't worry, come on. I do it, come on. Please. ਇੱਕ ਤਾੜੀ ਇਹ ਮੁੰਡੇ ਦੇ ਨਾਂ ਤੇ ਮਾਰਿਓ। ਇਹ ਕੁੜੀ ਦੀ ਨਜ਼ਰ ਇੱਕ ਹਾਦਸੇ ਚਲੇ ਗਈ। ਇਹ ਗੱਭਰੂ ਨੇ ਸਾਰੀ ਜ਼ਿੰਦਗੀ ਨਾਲ ਰਹਿਣ ਦਾ ਪ੍ਰਣ ਕੀਤਾ। ਅੱਜ ਦੇ ਜ਼ਮਾਨੇ 'ਚ ਬੜੀ ਘੱਟ ਇਸ ਤਰ੍ਹਾਂ ਦੇ ਉਦਾਹਰਨਾਂ ਮਿਲਦੀਆਂ। ਪ੍ਰਮਾਤਮਾ ਕਰੇ ਸਾਡੀ ਉਮਰ ਤੁਹਾਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਹੁਣ ਅਸੀਂ ਗੱਲ ਕਰਾਂਗੇ ਖੰਟ ਵਾਲੇ ਮਾਨ ਯਾਨੀ ਕਿ ਬੱਬੂ ਮਾਨ ਦੀ। ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਰਹੀ ਹੈ। ਇਹ ਵੀਡੀਓ ਬੱਬੂ ਮਾਨ ਦੇ ਇੱਕ ਲਾਈਵ ਸ਼ੋਅ ਦੀ ਹੈ। ਇਸ ਵੀਡੀਓ ਨੂੰ ਦੇਖ ਕੇ ਬੱਬੂ ਮਾਨ ਦੇ ਫੈਨਸ ਵੀ ਕਾਫੀ ਹੋ ਰਹੇ ਨੇ ਇਮੋਸ਼ਨਲ। ਕੀ ਹੈ ਅਜਿਹਾ ਇਸ ਵੀਡੀਓ ਦੇ ਵਿੱਚ, ਤੁਸੀਂ ਖੁਦ ਹੀ ਵੇਖੋ। ਬੱਬੂ ਮਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਬੱਬੂ ਮਾਨ ਨੇ ਆਪਣੀ ਉਸ ਫੈਨ ਨੂੰ ਸਟੇਜ 'ਤੇ ਬੁਲਾ ਕੇ ਮੁਲਾਕਾਤ ਕੀਤੀ ਜੋ ਕਿ ਆਪਣੀ ਅੱਖਾਂ ਤੋਂ ਦੇਖ ਨਹੀਂ ਸਕਦੀ, ਅਤੇ ਨਾਲ ਹੀ ਉਸ ਕੁੜੀ ਦੇ ਪਾਰਟਨਰ ਦੀ ਸਰਾਹਨਾ ਵੀ ਕੀਤੀ ਜਿਸ ਨੇ ਉਸ ਕੁੜੀ ਦਾ ਜ਼ਿੰਦਗੀ ਭਰ ਲਈ ਹੱਥ ਫੜਿਆ। ਆਓ ਤੁਸੀਂ ਵੀ ਦੇਖੋ ਇਹ ਵੀਡੀਓ। ਇੱਕ ਤਾੜੀ ਇਹ ਮੁੰਡੇ ਦੇ ਨਾਂ ਤੇ ਮਾਰਿਓ। ਇਹ ਕੁੜੀ ਦੀ ਨਜ਼ਰ ਇੱਕ ਹਾਦਸੇ ਚਲੇ ਗਈ। ਇਹ ਗੱਭਰੂ ਨੇ ਸਾਰੀ ਜ਼ਿੰਦਗੀ ਨਾਲ ਰਹਿਣ ਦਾ ਪ੍ਰਣ ਕੀਤਾ। ਅੱਜ ਦੇ ਜ਼ਮਾਨੇ 'ਚ ਬੜੀ ਘੱਟ ਇਸ ਤਰ੍ਹਾਂ ਦੇ ਉਦਾਹਰਨਾਂ ਮਿਲਦੀਆਂ। ਪ੍ਰਮਾਤਮਾ ਕਰੇ ਸਾਡੀ ਉਮਰ ਤੁਹਾਨੂੰ ਲੱਗ ਜਾਏ। ਜੀਓ ਮੇਰਾ ਵੀਰ। ਜ਼ੋਰਦਾਰ ਤਾੜੀ। ਨਜ਼ਰ ਜਾਣ ਤੋਂ ਬਾਅਦ ਉਮਰ ਭਰ ਨਾ ਰਹਿਣ ਦਾ ਵਾਅਦਾ ਕਰਿਆ ਤੇ ਤਿਆਰ ਹੈ। ਜਿੱਥੇ ਇੱਕ ਪਾਸੇ ਬੱਬੂ ਮਾਨ ਨੇ ਇਸ ਆਪਣੀ ਫੈਨ ਦੇ ਨਾਲ ਮੁਲਾਕਾਤ ਵੀ ਕੀਤੀ, ਉੱਥੇ ਹੀ ਦੂਜੇ ਪਾਸੇ ਉਸ ਲੜਕੇ ਦੀ ਸਰਾਹਨਾ ਵੀ ਕੀਤੀ ਜੋ ਬੱਬੂ ਮਾਨ ਦੀ ਇਸ ਫੈਨ ਦਾ ਸਾਥ ਦੇ ਰਿਹਾ ਜੋ ਕਿ ਅੱਖਾਂ ਤੋਂ ਦੇਖ ਨਹੀਂ ਸਕਦੀ। ਅਤੇ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹੱਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।